ਗੁਰਮੁਖ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 40 ਸਾਲ ਰਾਜ ਕੀਤਾ ਤੇ ਪਿਆਰਿਓ ਉਹਨਾਂ ਦੇ ਰਾਜ ਦੀ ਜੇ ਗੱਲ ਕਰੀਏ ਸਮਝਣਾ ਹੋਵੇ ਤੇ ਇਤਿਹਾਸ ਕਵਾ ਹੈ ਨਿਊ ਵਰਲਡ ਆਰਡਰ ਫਨ ਨੇਸ਼ਨ ਵਨ ਸਰਕਾਰ ਤੇ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂ ਖਤਮ ਕੀਤਾ ਗਿਆ ਕਾਰਨ ਕੀ ਰਿਹਾ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦਿਆਂ ਸਾਡਾ ਜਿਹੜਾ ਪੰਜਾਬ ਹੈ ਨਾ ਉਹ ਬਹੁਤ ਵੱਡਾ ਪੰਜਾਬ ਸੀ ਇਹਦੀਆਂ ਵੰਡੀਆਂ ਪਾ ਕੇ ਇਹਨੂੰ ਅਲੱਗ ਕਰ ਦਿੱਤਾ ਇਹਨੂੰ ਅਲੱਗ ਕੀਤਾ ਗਿਆ हिमाचल ਵੀ ਸਾਡਾ ਹਿੱਸਾ ਹੁੰਦਾ ਸੀ। ਹਰਿਆਣਾ ਵੀ ਸਾਡਾ ਹਿੱਸਾ ਸੀ। ਅਸੀਂ ਦਿੱਲੀ ਨਾਲ ਲੱਗਦੇ ਸੀ ਜਾ ਕੇ। ਇਧਰੋਂ ਕਾਬਲ ਕੰਧਾਰ ਤੱਕ ਸਾਡਾ ਰਾਜ ਸੀ ਕਦੇ। ਅਸੀਂ ਪਾਕਿਸਤਾਨ ਸਾਡੇ ਵਿੱਚ ਸੀ। ਪਾਕਿਸਤਾਨ ਸਾਡਾ ਆਪਣਾ ਸੀ। ਪਾਕਿਸਤਾਨ ਦੀ ਵੰਡ ਕੀਤੀ ਗਈ ਸਭ ਤੋਂ ਪਹਿਲਾਂ। ਹਿਮਾਚਲ ਕੱਢਿਆ ਗਿਆ। ਹਰਿਆਣਾ ਕੱਢਿਆ ਗਿਆ। ਪੰਜਾਬ ਇੱਕ ਛੋਟਾ ਜਾਂ ਨਿੱਕਾ ਜਾਂ ਟੁਕੜਾ ਕਰਕੇ ਰੱਖ ਦਿੱਤਾ। ਸਾਡੀਆਂ ਸਰਕਾਰਾਂ ਨੇ ਉਹਨਾਂ ਦੀ ਬਦੌਲਤ ਹੋਇਆ ਕਦੇ ਉਹ ਸਮਾਂ ਸੀ ਜਦੋਂ ਕਾਬਲ ਕੰਧਾਰ ਤੋਂ ਲੈ ਕੇ ਲਾਹੌਰ ਲਾਹੌਰ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਜਿਹੜਾ ਸੀ ਸਿੱਧਾ ਜੀਂਦ ਰੁੱਤਕ ਤੇ ਦਿੱਲੀ ਵੱਲ ਸਾਡਾ ਹੁਕਮ ਚੱਲਦਾ ਸੀ ਜੋ ਗੱਲ ਕਹੇਤੀ ਸੋ ਕਹੇਤੀ ਹੋ ਕੇ ਰਹੇਗੀ ਹਿਮਾਚਲ ਤੱਕ ਪਹਾੜੀਆਂ ਦੇ ਵਿੱਚ ਹਰਿਆਣਾ ਸਾਡਾ ਆਪਣਾ ਤੇ ਪਿਆਰਿਓ ਆ ਬਾਰਡਰ-ਬਾਰਡਰ ਨਹੀਂ ਚੁੰਦੇ ਉਦੋਂ ਰਾਜਿਆਂ ਦੀਆਂ ਰਿਆਸਤਾਂ ਸੀ ਰਿਆਸਤਾਂ ਸੀ ਵੱਖੋ-ਵੱਖਰੀਆਂ ਤੇ ਰਿਆਸਤਾਂ ਆਪੋ ਆਪਣਾ ਕੰਮ ਕਰਦੀਆਂ ਸੀ ਇੱਕ ਦੂਜੇ ਨਾਲ ਸੰਧੀ ਮਿਲ ਕੇ ਚੱਲਦੀ ਸੀ ਇੱਕ ਦੂਜੇ ਨਾਲ ਗੱਲਾਂ-ਬਾਤਾਂ ਹੁੰਦੀਆਂ ਸੀ ਇਹ ਉਦੋਂ ਸਮਾਂ ਸੀ ਅਜਿਹਾ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਨੇ ਜਿੰਨਾ ਚਿਰ ਰਾਜ ਕੀਤਾ ਉਹਨੇ ਡੋਗਰਿਆਂ ਨੂੰ ਖੰਗਣ ਨਹੀਂ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਤੇ ਪਿਆਰੇ ਉਸ ਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੁੱਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਉਹਦੇ ਰਾਜ ਵਿੱਚ ਕੋਈ ਵੀ ਜਿਹੜਾ ਸੀ ਕਿਸੇ ਤੇ ਜ਼ੁਲਮ ਨਹੀਂ ਹੋਇਆ ਕਿਸੇ ਧੀ ਭੈਣ ਬਹੂ ਬੇਟੀ ਦੀ ਪਤਨੀ ਲੁੱਟੀ ਗਈ ਕਿਸੇ ਨੂੰ ਖਤਰਾ ਨਹੀਂ ਸੀ ਕੋਈ ਗਰੀਬ ਪਰਿਵਾਰ ਦੇ ਨਾਲ ਧੱਕਾ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਨਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਨਾ ਪਿਆਰਿਓ ਉਹ ਰਾਜ ਅੱਜ ਵੀ ਸਰਬੋਤਮ ਰਾਜ ਦੇ ਵਿੱਚ ਗਿਣਿਆ ਜਾਂਦਾ ਹੈ ਕਿ ਵਧੀਆ ਰਾਜ ਸੀ ਉਸ ਵੇਲੇ ਕੁਝ ਸਾਡੇ ਆਪਣੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਖਤਮ ਕਰਵਾਇਆ ਡੋਗਰੇ ਜਿਹੜੇ ਅੰਗਰੇਜ਼ ਸੀ ਉਹਨਾਂ ਦੀ ਬਹੁਤ ਵੱਡੀ ਪਾਲਿਸੀ ਸੀ ਸਿੱਖਾਂ ਦੀ ਨਸਲ ਕੁਸ਼ੀ ਜਿਹੜੀ ਹੈ ਉਹ ਪਹਿਲਾਂ ਵੀ ਸ਼ੁਰੂ ਹੋਈ ਤੇ ਉਦੋਂ ਖਾਸ ਤੌਰ ਤੇ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਰਾਜ ਨੂੰ ਤੋੜਨ ਵਾਸਤੇ ਪਹਿਲਾਂ ਹੀ ਚਾਲਾਂ ਸ਼ੁਰੂ ਹੋ ਚੁੱਕੀਆਂ ਸੀ ਉਹ ਪਤਾ ਕਿਵੇਂ ਸ਼ੁਰੂ ਹੋ ਜਾਂਦੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਡਾਕਟਰ ਸੀ ਅਜਦੇ ਪਾਸ਼ਾ ਚ ਡਾਕਟਰ ਜਾਖਿਲ ਵੈਦ ਹਕੀਮ ਸੀ ਕੋਈ ਵੀ ਪ੍ਰੋਬਲਮ ਹੁੰਦੀ ਸੀ ਡਾਕਟਰ ਹੈਨਰੀ ਉਹਨੂੰ ਬੁਲਾਇਆ ਜਾਂਦਾ ਸੀ ਤੇ ਉਹ ਆ ਕੇ ਇਲਾਜ ਕਰਦਾ ਸੀ ਜੇ ਕੋਈ ਵੀ ਪ੍ਰੋਬਲਮ ਹੁੰਦੀ ਸੀ ਉਹਦੇ ਨਾਲ ਅੰਗਰੇਜ਼ਾਂ ਨੇ ਡੋਗਰਿਆਂ ਨੇ ਸੰਧੀ ਕਰ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸ ਕਹਿੰਦਾ ਕਹਿੰਦੇ ਨੇ ਸਲੋ ਪాయిਜ਼ਨ ਮਿੱਠਾ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੋਮੀਓਪੈਥਿਕ ਦਵਾਈ ਜਿਹੜੀ ਉਸ ਵੇਲੇ ਚੱਲਦੀ ਸੀ ਕਹਿੰਦੇ ਵੀ ਉਦੋਂ ਮਿੱਠਾ ਜ਼ਹਿਰ ਜਿਹੜੀ ਸਲੋ ਪాయిਜ਼ਨ ਦਿੱਤੀ ਗਈ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸਾਲ ਪਹਿਲਾਂ ਇਦਾਂ ਸਿਸਟਮ ਚੱਲ ਪਿਆ ਇਹ ਰਾਜੇ ਮਹਾਰਾਜੇ ਜਿਹੜੇ ਹੁੰਦੇ ਸੀ ਨਾ ਇੱਕ ਦੂਜੇ ਨੂੰ ਐਂ ਕਰਦੇ ਸੀ ਭਾਂਡਿਆਂ ਤੇ ਬਰਤਨਾਂ ਤੇ ਲਾ ਕੇ ਰੱਖ ਲੈਂਦੇ ਸੀ ਹੌਲੀ-ਹੌਲੀ ਕੰਮ ਕਰਦਾ ਸੀ ਮਿੱਠਾ ਜ਼ਹਿਰ ਉਹਨੂੰ ਕਹਿੰਦੇ ਸੀ ਹੌਲੀ-ਹੌਲੀ ਉਹ ਸ਼ਿਕਾਈ ਜਾਣਾ ਸ਼ਿਕਾਈ ਜਾਣਾ ਇੱਕ ਦਿਨ ਇਹੋ ਜਿਹਾ ਆਉਂਦਾ ਸੀ ਬੰਦਾ ਖੁਦ ਖਤਮ ਹੋ ਜਾਂਦਾ ਸੀ ਇਹ ਮਤਲਬ ਇਹੋ ਜਿਹਾ ਸਿਸਟਮ ਜਿਹੜਾ ਪਹਿਲਾਂ ਤੋਂ ਤਿਆਰ ਕੀਤਾ ਗਿਆ ਪਹਿਲਾਂ ਤੋਂ ਇਹੋ ਜਿਹੀਆਂ ਚੀਜ਼ਾਂ ਘੜ ਕੇ ਰੱਖੀਆਂ ਜਾਂਦੀਆਂ ਸੀ ਸਾਰ ਸੰਗਤ ਇਸ ਚੀਜ਼ ਨੂੰ ਜ਼ਰੂਰ ਸਮਝ ਲਿਓ ਤੇ ਕੁਝ ਚੀਜ਼ਾਂ ਨੂੰ ਵਿਚਾਰ ਲਿਓ ਇੱਕ ਚੀਜ਼ ਇੱਥੇ ਬਹੁਤ ਜ਼ਰੂਰੀ ਹੈ ਉਹ ਇਹ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਤੇ ਮਿੱਠਾ ਜ਼ਹਿਰ ਦਿੱਤਾ ਗਿਆ ਸਲੋ ਪాయిਜ਼ਨ ਕੀਤੀ ਗਈ ਔਰ ਦੂਜੀ ਮਹਾਰਾਜਾ ਦਲੀਪ ਸਿੰਘ ਨੂੰ ਇਹਨਾਂ ਨੇ ਸੋਚਿਆ ਵੀ ਇਹਨੂੰ ਇੰਗਲੈਂਡ ਭੇਜ ਦਈਏ ਪੜਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਈਸਾਈ ਬਣਾ ਦਿੱਤਾ ਸਿੱਖਾਂ ਤੋਂ ਈਸਾਈ ਦਾ ਰੂਪ ਦਿਵਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੂੰ ਪਗਤ ਰਾਤੀ ਕੇਸ ਕਤਲ ਕਰਵਾ ਦਿੱਤੇ ਜਦੋਂ ਬਹੁਤ ਸਾਲਾਂ ਬਾਅਦ ਕਿਨੇ ਨੇ ਮਹਾਰਾਜਾ ਦਲੀਪ ਸਿੰਘ ਵਾਪਸ ਆਏ ਨਾ ਤੇ ਉਸ ਵਕਤ ਕਿਨੇ ਮਹਾਰਾਣੀ ਜ਼ਿੰਦਾ ਜਿਹੜੀ ਸੀ ਨਾ ਸਿਰ ਤੇ ਹੱਥ ਫੇਰ ਕੇ ਦੇਖਦੀ ਹੈ ਕਿਉਂਕਿ ਨਿਗਾਹ ਚਲੀ ਗਈ ਸੀ ਜਦੋਂ ਸਿਰ ਤੇ ਹੱਥ ਫੇਰ ਕੇ ਵੇਖਿਆ ਪੱਗ ਨਾਲ ਦਿਸੇ ਕੇਸ ਨਾਲ ਦਿਸੇ ਕਿ ਨਹੀਂ ਮੇਰਾ ਪੁੱਤਰ ਦਲੀਪ ਸਿੰਘ ਨਹੀਂ ਹੋ ਸਕਦਾ ਜੇ ਇਤਾਂ ਕੇਸ ਕਤਲ ਕਰਵਾ ਦਿੱਤੇ ਨੇ ਮੇਰਾ ਪੁੱਤ ਵੀ ਉਦਣ ਹੀ ਕਤਲ ਹੋ ਗਿਆ ਸੀ ਸਮਝ ਲਓ ਮਰ ਗਿਆ ਸੀ ਜਿਸ ਦਿਨ ਨੇ ਕੇਸ ਕਤਲ ਕੀਤੇ ਸੀ ਤੂੰ ਨਹੀਂ ਹੋ ਸਕਦਾ ਅੰਗਰੇਜ਼ਾਂ ਦੀ ਝਾਲ ਜਿਹੜੀ ਸੀ ਨਾ ਬਹੁਤ ਭੈੜੀ ਸੀ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ ਨਸਲ ਕੁਸ਼ੀ ਉੱਥੋਂ ਸ਼ੁਰੂ ਕਰ ਦਿੱਤੀ ਗਈ ਇਧਰੋਂ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੁੰਦਾ ਹੈ ਨਾ ਉਸੇ ਵਕਤ 1839 ਦੇ ਵਿੱਚ ਉਸੇ ਵਕਤ ਇਹਨਾਂ ਲੋਕਾਂ ਨੇ ਲਾਹੌਰ ਦੇ ਕਿਲੇ ਤੇ ਈਸਟ ਇੰਡੀਆ ਕੰਪਨੀ ਦਾ ਝੰਡਾ ਲਹਿਰਾ ਦਿੰਦਾ ਪੱਛਮ ਲਹਿਰਾ ਦਿੰਦਾ ਆਖਰੀ ਮਹਾਰਾਜਾ ਗਿਣਿਆ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਉਹਦਾ ਵਾਰਿਸ ਦਲੀਪ ਸਿੰਘ ਤੇ ਜਦੋਂ ਦਰੋ ਦਲੀਪ ਸਿੰਘ ਵੀ ਚੜ੍ਹਾਈ ਕੀਤਾ ਤੇ ਯਾਦ ਰੱਖਿਓ ਫਿਰ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਫਿਰ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਬਹੁਤ ਵੱਡਾ ਇਤਿਹਾਸ ਹੈ ਸਾਡਾ ਇਹ ਅੰਗਰੇਜ਼ਾਂ ਦੀ ਬਹੁਤ ਵੱਡੀ ਪਾਲਿਸੀ ਸੀ ਸਾਰ ਸੰਗਤ ਉਹਨਾਂ ਲੋਕਾਂ ਨੇ ਇਹ ਸਭ ਕੁਝ ਤੈਅ ਕੀਤਾ ਸੀ 1 ਵਰਲਡ 1 ਨੇਸ਼ਨ ਸਾਰੇ ਪਾਸੇ ਸਾਡੀ ਆਪਣੀ ਸਰਕਾਰ ਹੋਵੇ ਇੱਕੋ ਹੀ ਕਾਨੂੰਨ ਹੋਵੇ ਤੇ ਇੱਕੋ ਹੀ ਸਰਕਾਰ ਹੋਵੇ ਇੱਕੋ ਹੀ ਕਾਨੂੰਨ ਚੱਲੇ ਮਹਾਰਾਜੇ ਨੂੰ ਖਤਮ ਕਰਨ ਪਿੱਛੇ ਅੰਗਰੇਜ਼ਾਂ ਦੀ ਚਾਲ ਸੀ ਡੋਗਰਿਆ ਨੇ ਬਹੁਤ ਵੱਡੀ ਚਾਲ ਚੱਲੀ ਉਹਦੇ ਵਿੱਚ ਸਾਡੇ ਲੋਕ ਵੀ ਕੁਝ ਸ਼ਾਮਲ ਰਹੇ ਸਾਰ ਸੰਗਤ ਸਾਡੇ ਲੋਕ ਜਿਹੜੇ ਨੇ ਸ਼ਾਮਲ ਰਹੇ ਤੇ ਉਹਨਾਂ ਡੋਗਰਿਆਂ ਦਾ ਸਾਥ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਖਤਮ ਕਰਨ ਦੇ ਵਿੱਚ ਸਾਡੇ ਆਲਿਆਂ ਨੇ ਵੀ ਕੁਝ ਰੋਲ ਨਿਭਾਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਿਆਰਿਓ ਇਹ ਗੱਲਾਂ ਬਿਲਕੁਲ ਅਣਜਾਣੀਆਂ ਜਾਪਦੀਆਂ ਨੇ ਪਰ ਜੇ ਇਤਿਹਾਸ ਪੜੋਗੇ ਚੱਕੋਗੇ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਦੇ ਵਿੱਚ ਸੱਚ ਕੀ ਹੈ ਇਹਨਾਂ ਚੀਜ਼ਾਂ ਦਾ ਅਸਲ ਇੱਕ ਪਿਛੋਕੜ ਵੀ ਹੈ ਸਿੱਖਾਂ ਦੇ ਨਸ਼ਲ ਕੁਛੀ ਕਰਨ ਪਿੱਛੇ ਜਿਹੜਾ ਬਹੁਤ ਵੱਡਾ ਹੱਥ ਰਿਹਾ ਸਾਡੇ ਆਪਣਿਆਂ ਦਾ ਵੀ ਤੇ ਉਹਨਾਂ ਲੋਕਾਂ ਦਾ ਵੀ ਜਿਹੜੇ ਪੱਗਾਂ 'ਚ ਸਿਰਫ ਸਾਈ ਫਿਰਦੇ ਆ ਆਮ ਤੌਰ ਤੇ ਉਹਨਾਂ ਲੋਕਾਂ ਦਾ ਵੀ ਜਿਹੜੇ ਲੋਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਵੀ ਇਹਨਾਂ ਲੋਕਾਂ ਨੇ ਖਤਮ ਕਰ ਦਿੱਤਾ ਅੱਜ ਦੀਆਂ ਸਰਕਾਰਾਂ ਸਮਝਦੀਆਂ ਵੀ ਅਸੀਂ ਸ਼ਾਇਦ ਬਹੁਤ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਕ ਰਾਜ ਸਾਨੂੰ ਇਹ ਬਣਾ ਕੇ ਨਹੀਂ ਦੇ ਸਕਦੇ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਰਿਹਾ ਤੇ ਮਤ ਭੁੱਲਿਓ ਤੁਹਾਡਾ ਵੀ ਨਹੀਂ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ